ਮਾਲਵੇ ਦੀ ਧਰਤੀ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਨਾਲ ਹੋਰ ਅਕਾਲੀ ਆਗੂਆਂ ਨੇ ਵੀ ਸ਼ਿਰਕਤ ਕੀਤੀ। ਉੱਥੇ ਇਸ ਦੌਰਾਨ ਜਿੱਥੇ ਯੂਥ ਅਕਾਲੀ ਦਲ ਦੇ ਨੌਜਵਾਨਾਂ ਦੇ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਤਹਿਤ ਦਸਤਾਰਾਂ ਸਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ, ਉੱਥੇ ਹੀ ਤੰਜ ਕਸਦਿਆਂ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਸੰਬੰਧੀ ਦਿੱਤੇ ਬਿਆਨ 'ਤੇ ਕਿਹਾ ਕਿ ਉਹਨਾਂ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਵੱਡੇ ਵੱਡੇ ਟੂਰਨਾਮੈਂਟ ਸਿਆਸੀ ਈਰਖਾ ਦੇ ਵਜੋਂ ਬੰਦ ਕਰ ਦਿੱਤੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ, ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸਾਧ ਸੰਗਤ ਨੂੰ, ਖਾਲਸਾ ਪੰਥ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਾਹਿਬੇ ਕਮਾਲ ਬਾਦਸ਼ਾਹ ਦਰਬੇਸ ਸਰਬੰਸ ਧਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ, ਸਾਰੀ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਵੇਂ ਪਟਨਾ ਸਾਹਿਬ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਸੀ, ਉੱਥੇ ਹਰ ਸਾਲ ਵੱਡਾ ਸਮਾਗਮ ਹੁੰਦਾ, ਪਰ ਪੰਜਾਬ ਦੀ ਸੰਗਤਾਂ ਦੀ ਇਹ ਮੰਗ ਸੀ ਕਿ ਇਸ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਬਹੁਤ ਵੱਡਾ ਇਤਿਹਾਸ ਸਿਰਜਿਆ। ਬਹੁਤ ਲੰਬਾ ਸਮਾਂ ਅਨੰਦਪੁਰ ਸਾਹਿਬ ਰਹੇ ਅਤੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਆਏ, ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵੀ ਕੀਤੀ। ਇੱਕ ਵੱਡਾ ਸਮਾਗਮ ਜਿਹੜਾ ਉਹ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ। ਇਸ ਤਰ੍ਹਾਂ ਨੌਜਵਾਨ ਅੱਜ ਪਹਿਲੀ ਵਾਰੀ ਉਹ ਸਮਾਗਮ ਜਿਹੜਾ ਸਮਾਗਮ ਤਾਂ ਵੈਸੇ ਹਰ ਨਗਰ ਦੇ ਵਿੱਚ ਹੀ ਹੁੰਦਾ, ਹਰ ਗੁਰਦੁਆਰੇ ਦੇ ਵਿੱਚ ਹੀ ਹੁੰਦਾ, ਪਰ ਇੱਕ ਵੱਡਾ ਸੰਦੇਸ਼ ਦੇਣ ਵਾਸਤੇ ਇਸ ਧਰਤੀ ਤੋਂ ਇੱਕ ਐਨੂਅਲ ਫੀਚਰ ਅੱਗੇ ਤੋਂ ਜਿਹੜੀ ਹੈ ਇੱਕ ਵੱਡਾ ਸਮਾਗਮ ਤੁਹਾਡੀ ਸਾਬੋ ਤੋਂ ਸ਼ੁਰੂ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 357 ਪ੍ਰਕਾਸ਼ ਗੁਰਪੁਰਬ ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ, ਔਰ ਇਹ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਹ ਪ੍ਰਕਾਸ਼ ਗੁਰਪੁਰਬ ਬੜੀ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ, ਔਰ ਇਹ ਜਿਹੜੇ ਯੂਥ ਅਕਾਲੀ ਦਲ ਆ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਤਹੀਆ ਕੀਤਾ ਸੀ ਕਿ ਜਿੰਨੇ ਵੀ ਇਤਿਹਾਸਕ ਸਥਾਨ ਆ ਉਹਨਾਂ ਦੇ ਉੱਤੇ ਇਹ ਦਸਤਾਰਾਂ ਦਾ ਲੰਗਰ ਕਹਿਣ ਤੋਂ ਭਾਵ ਕਿ ਦਸਤਾਰਾਂ ਸਜਾਉਣ ਦਾ ਇਹ ਇਹਨਾਂ ਨੇ ਸਮਾਗਮ ਸ਼ੁਰੂ ਕੀਤੇ ਸੀ, ਜਿਹਦੇ ਤਹਿਤ ਵੱਖ ਵੱਖ ਸਥਾਨਾਂ ਤੇ ਜਿੱਦਾਂ ਪਹਿਲਾਂ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਮਾਚੀਵਾੜੇ, ਇਸੇ ਤਰਜ਼ ਤੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਸਿਰ ਤੇ ਦਸਤਾਰ, ਕਿਉਂਕਿ ਸਿੱਖ ਦੇ ਗੁਰੂ ਸਾਹਿਬ ਜੀ ਨੇ ਪਹਿਚਾਣ ਬਖਸ਼ ਕੀਤੀ ਸੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਬਤ ਸੂਰਤ ਦਸਤਾਰ ਸਿਰਾ ਸਿੱਖ ਦੀ ਪਰਿਭਾਸ਼ਾ ਤੇ ਦਸਤਾਰ ਦੀ ਇੱਕ ਵੱਖਰੀ ਤੇ ਅਡਰੀ ਪਹਿਚਾਣ ਆ, ਜਿਹਨੂੰ ਇਹ ਅੱਜ ਫਿਰ ਉਜਾਗਰ ਕਰ ਰਹੇ ਆ। ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਸਰਦਾਰ ਸਰਬਜੀਤ ਸਿੰਘ ਝਿੰਜਰ ਜਿਹੜੇ ਜੂਥ ਦੇ ਪ੍ਰਧਾਨ, ਉਹਨਾਂ ਨੂੰ ਵਧਾਈ ਦਿੰਦਾ। ਅੱਜ ਚੇਚੇ ਤੌਰ ਤੇ ਸਾਡੇ ਬਹੁਤ ਹੀ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਸਾਹਿਬਾਨ ਚੇਚੇ ਤੌਰ ਤੇ ਹਾਜ਼ਰ ਹੋਏ ਆ, ਸਾਰਿਆਂ ਦਾ ਧੰਨਵਾਦ ਵੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਪੀੜ੍ਹੀ ਹੈ, ਨਸ਼ੇ ਵੱਲ ਜਾ ਰਹੀ ਹੈ, ਸਿੱਖੀ ਤੋਂ ਦੂਰ ਵੱਲ ਆਉਂਦੀ ਜਾ ਰਹੀ ਹੈ। ਯੂਥ ਅਕਾਲੀ ਦਲ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ, ਸਤਾਰਾਂ ਸਜਾਈਆਂ ਜਾਣ, ਸਿੱਖੀ ਵੱਲ ਜੋੜਿਆ ਜਾਵੇ, ਕਿਵੇਂ ਦੇਖਦੇ ਹੋ ਕਿੰਨਾ ਨੌਜਵਾਨ ਪੀੜ੍ਹੀ ਜੁੜੀ ਗਈ ਹੈ? ਸਿੱਖੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਉਸ ਰਸਤੇ ਤੇ ਚੱਲ ਕੇ ਮਨਾਇਆ ਜਾ ਰਿਹਾ, ਜਿਸ ਰਸਤੇ ਤੇ ਗੁਰੂ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਮਦਮਾ ਸਾਹਿਬ ਤੇ ਫਿਰ ਨੰਦੇੜ ਸਾਹਿਬ ਨੂੰ ਗਏ ਸਨ,
ਇਹ ਜਿਹੜਾ ਸਾਰਾ ਨਗਰ ਕੀਰਤਨ ਹੈ ਔਰ ਗੁਰੂ ਦੇ ਇਤਿਹਾਸ ਨਾਲ ਜੋੜਨ ਵਾਸਤੇ, ਉਸ ਸਾਡੀਆਂ ਜੋ ਪਰੰਪਰਾਵਾਂ ਨੇ ਉਹਨਾਂ ਨੂੰ ਜੋੜਨ ਵਾਸਤੇ ਇਹ ਸਾਰਾ ਉਪਰਾਲਾ SGPC ਨੇ ਕੀਤਾ। ਮੈਂ ਬਹੁਤ SGPC ਦਾ ਧੰਨਵਾਦੀ ਹਾਂ ਅਤੇ ਵਧਾਈ ਦਿੰਦਾ। ਇਹਦੇ ਨਾਲ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਜੋ ਉਸਦੇ ਵਿੱਚ ਸਾਇੰਸ ਦੇ ਯੁੱਗ ਆਉਣ ਨਾਲ ਕੁਛ ਕਮੀਆਂ ਆ ਗਈਆਂ ਸਨ, ਉਹਨਾਂ ਤੋਂ ਇਸ ਤੋਂ ਸਬਕ ਲੈ ਕੇ ਦੁਬਾਰਾ ਗੁਰੂ ਦੇ ਆਸ਼ੇ ਨਾਲ ਜੁੜਨਗੇ। ਔਰ ਜੋ ਸਾਡੇ ਗੁਰੂ ਸਾਹਿਬਾਨ ਨੇ ਔਰ ਸਾਡੇ ਸਾਹਿਬਜ਼ਾਦਿਆਂ ਨੇ ਜਿਨ੍ਹਾਂ ਨੇ ਇੰਨੀਆਂ ਛੋਟੀਆਂ ਉਮਰਾਂ 'ਚ ਦੁਨੀਆਂ ਦੇ ਅਲੌਕਿਕ ਕਾਰਨਾਮੇ ਕੀਤੇ ਜੋ ਦੁਨੀਆਂ ਦੇ ਇਤਿਹਾਸ ਨਾ ਕਦੇ ਹੋਣੇ ਨੇ ਨਾ ਕਦੇ ਪਹਿਲਾਂ ਹੋਏ ਸੀ, ਤਾਂ ਇਹ ਬੱਚਿਆਂ ਨੂੰ ਉਹ ਸਬਕ ਲੈਣੇ ਚਾਹੀਦੇ ਤਾਂ ਕਿ ਸਾਡੀ ਜਿਹੜੀ ਕੌਮ ਹੈ ਉਹ ਸ਼ਕਤੀਸ਼ਾਲੀ ਹੋ ਕੇ ਸਰਬੱਤ ਦੇ ਭਲੇ ਵਾਸਤੇ ਕਿਰਪਾ ਕਰੇ ਗੁਰੂ ਔਰ ਚੜ੍ਹਦੀ ਕਲਾ 'ਚ